ਅਸਲਾਮ ਵਾਲੇਕੁਮ ਵੇਲੀਓ, ਕੀ ਹਾਲ ਚਾਲ? ਖੈਰ ਖਰੀਅਤ ਨਾਲ ਲੱਗੇ, ਉਮੀਦ ਕਰਾਂਗੇ ਕਿ ਸਾਰੇ ਵੇਖਣ ਵਾਲੇ ਖੈਰ ਖਰੀਅਤ ਨਾਲ ਹੋਣਗੇ। ਦੋਸਤੋ, ਮੌਜੂਦ ਹੈਗੀਆਂ ਪੀਰ ਅਲਮਦਾਰ ਸ਼ਾਹ ਸਾਹਿਬ ਦੇ ਡੇਰੇ ਤੇ ਰੁਸਤਮ ਸਰਗਾਣੇ, ਔਰ ਦੋ ਤਿੰਨ ਜਾਨਵਰ ਨੇ। ਦੋਸਤਾਂ ਨੂੰ ਵਿਖਾਉਂਦੇ ਹਾਂ, ਡਿਟੇਲ ਸ਼ੇਅਰ ਕਰਦੇ ਹਾਂ, ਰਾਬਤਾ ਨੰਬਰ ਇਹਨਾਂ ਦਾ ਸ਼ੇਅਰ ਕਰਦੇ ਹਾਂ। ਹਾਰਸ ਬੈਲੈਂਸ ਡਾਇਟ ਘੋੜਿਆਂ ਵਾਸਤੇ ਖਾਸ ਮਸਾਲਾ ਉਹ ਤਿਆਰ ਹੈ, ਉਹ ਜਿਸ ਦੋਸਤ ਨੂੰ ਚਾਹੀਦਾ ਵੀਡੀਓ ਦੇ ਸਟਾਰ ਲਈ ਮੇਰਾ ਨੰਬਰ ਚੱਲਦਾ ਪਿਆ, ਬਾਕੀ ਘੋੜਿਆਂ ਵਾਸਤੇ ਸ਼ਾਹ ਸਾਹਿਬ ਦਾ ਨੰਬਰ। ਦੋਸਤੋ, ਘੋੜੇ ਨੂੰ ਨਜ਼ਰ ਮਾਰ ਲੈਣੀ। ਕਾਂਡ ਦੇ ਵਿੱਚ ਲਕੀਰ ਵੀ ਹੈ। ਜੋੜ ਮੁੱਠੇ ਹਰ ਚੀਜ਼ ਪੁੱਠਾ ਘੋੜੇ ਦਾ ਬਹੁਤ ਜੋੜਾ ਪੁੱਠਾ। ਇਹ ਕਰਦਾ ਕੀ ਹੈ ਸ਼ਾਹ ਸਾਹਿਬ? ਇਹ ਸਾਰ ਰੁੜਦਾ ਹੈ ਜੀ। ਅੱਛਾ, ਇਹ ਤਾਂ ਰੁੜਦਾ ਰੋੜ ਵਾਲਾ। ਉਹ ਸਵਾਰੀ ਦਾ ਬੜਾ ਚੰਗਾ ਘੋੜਾ ਸਵਾਰੀ। ਅੱਛਾ, ਇਹਨੂੰ ਪਾਓ ਸਮਾਨ ਤੇ ਦਾ ਫੰਕਸ਼ਨ ਵਿਖਾਓ। ਫੰਕਸ਼ਨ ਵਿਖਾ ਵੀ ਜ਼ਰੂਰ ਲਾਓ।
ਉਮਰ ਸਰ ਸ਼ੁਰੂ 5 ਸਾਲ 4 ਤੋਂ 5 ਲੱਗਦਾ ਪਿਆ ਜੀ। ਆ ਜੀ ਚੈੱਕ ਕਰੋ ਜੀ, ਮੂੰਹ ਦੰਦ ਚੈੱਕ ਕਰੋ ਜੀ, ਸਾਰਾ ਕੁਝ। ਰੰਗ ਜੀ ਕੁੱਲਾ, ਕੰਡ ਚ ਕਾਲੀ ਲੀਕ, ਤ੍ਰੈ ਪੈਰ ਧੁੱਤ, ਮੱਥੇ ਚ ਪੱਟਾ ਜੀ ਜੀ। ਆ ਕੰਨਾਂ ਦੀ ਉੱਤੋਂ ਕਲੂਮਰਾਂ ਵੀ ਕਾਲੀਆਂ ਜੀ, ਇਹਨੂੰ ਕੁੱਲਾ ਸਰਮਈ ਆਂਦੇ ਨੇ। ਹੱਥਾਂ ਪੈਰਾਂ ਦਾ ਗੋੜਾ ਸਾਫ਼ ਜੀ 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 ਜੀ। ਰੋਡ ਵੀ ਕਰਦਾ ਹੈ, ਉਹ ਵੀਡੀਓ ਤੁਸੀਂ ਬਣਾਈ ਹੈ ਔਰ ਸਵਾਰੀ ਦੀ ਵੀਡੀਓ ਤੁਸੀਂ ਬਿਲਕੁਲ ਲਾਈ ਹੈ ਵਿੱਚ। ਹਾਂਜੀ, ਇਹ ਤੁਹਾਡੇ ਯੂਟਿਊਬ ਚੈਨਲ ਤੇ ਲੱਗੀ ਹੋਣੀ ਹੈ ਯਾਰ। ਤੇ ਇਹ ਇੰਜੀ ਟੇਪ ਕੱਢੋ ਜੀ। ਔਰ ਘੋੜਾ ਮਾਸ਼ਾਅੱਲਾ ਜਿਸ ਵੇਲੇ ਸਵਾਰੀ ਕਰੀਂਦਾ ਨਾ, ਬਹੁਤ ਨਰਮ ਹੈ ਘੋੜਾ ਪੈਰਾਂ ਦਾ ਜੀ, ਬਹੁਤ ਅੱਛੇ ਜੀ। ਉਰੇ ਕਰੋ ਇੱਕ ਮਿੰਟ ਖਲਾ। ਖੜਕਦਾ ਨਾ ਜੀ, ਨਹੀਂ ਸਰ ਕੋਈ ਨੀ, ਕੱਚਿਆ ਸੀ ਘੋੜਾ, ਬਸ ਬਸ ਖਲੋਣ ਦੇ। ਇੱਕ ਮਿੰਟ ਸਾਰਾ ਜੀ, ਕੰਧਾ ਦਾ ਹੀ ਕਰਦੇ ਪਏ ਜੀ। ਆਹ ਵੇਖ ਲੋ 60 ਇੰਚ ਹੋਇਆ ਖੱਲਾ ਨੇ ਜੀ। ਆਹ ਜੀ ਮੁੜ ਚੈੱਕ ਕਰ ਲਓ ਤੁਸੀਂ, ਦੁਬਾਰਾ ਨਾਲ ਲੈਂਦੇ ਪਏ ਘੋੜਾ ਜੀ। ਆਹ ਚੈੱਕ ਕਰ ਲਓ, 60 ਉੱਤੇ 5 ਫੁੱਟ ਲਿਖਿਆ ਖਲਾ ਔਰ ਉਹਨਾਂ ਆ ਨਾਲ ਲਾਵੀ ਯਾਰ, ਆਹ ਵੱਟ ਜੀ ਵੱਟ ਹੀ ਘਾਟ ਦਿੱਤਾ ਤੇ 60 ਇੰਚ ਇੰਚ ਸਾਡਾ ਕਿਉਂ ਖਾਂਦੇ ਪਏ ਹੋ। ਆਹ 5 ਫੁੱਟ ਲਿਖਿਆ ਖਲਾ ਜੀ, ਪਿਓਰ ਦੇਸੀ ਜੀ। ਇਹ ਸਰ ਅਸੀਂ ਪੁੱਛਿਆ ਨਹੀਂ, ਅਸੀਂ ਲੈ ਆਂਦਾ ਜੀ ਮੁੱਲ ਘੋੜਾ ਜੀ, ਅੱਜ ਦੂਸਰਾ ਦਿਨ ਹੈ ਜੀ ਜੀ। ਆ ਉਹ ਫੱਦੇ ਰਹਿਣੇ ਰੋਡ ਤੇ ਲਾਈ ਰੱਖਿਆ ਉਹਨਾਂ, ਤੇ ਅਸਾਂ ਮਾਸ਼ਾਅੱਲਾ ਲੈ ਆਂਦਾ, ਹੁਣ ਅਸੀਂ ਸੇਲ ਪਰਚੇਜ਼ ਕਰਸਾਂ ਜੀ ਜੀ ਜੀ। ਨਹੀਂ ਜੀ ਨੇਜ਼ਾਬਾਦੀ ਤੇ ਹੁਣ ਲੱਗ ਸੀ ਮਾਸ਼ਾਅੱਲਾ ਜੀ, ਆ ਰੁੜਦਾ ਚੰਗਾ ਛੱਪਦਾ ਚੰਗਾ ਜੀ ਜੀ। ਆ ਸਵਾਰੀ ਦਾ ਬਹੁਤ ਅੱਛਾ, ਉਹ ਤੁਸੀਂ ਵੀਡੀਓ ਲਾਈ ਵੀ ਹੈ ਆਪਣੇ ਚੈਨਲ ਤੇ। ਡਿਮਾਂਡ ਇਹਦੀ ਮੁਨਾਸਿਬ ਹੈ ਜੀ, ਇਹਦੀ 7 ਲੱਖ ਰੁਪਈਏ ਜੀ ਜੀ ਜੀ। ਜ਼ਹਿਰੀ ਗੱਲ ਹੈ ਜੀ, ਘੋੜੇ ਹੁਣ ਮਾਸ਼ਾਅੱਲਾ ਬੜੇ ਮਹਿੰਗੇ ਹੋ ਗਏ ਜੀ, ਇਹ ਤਾਂ ਰੇਟ ਹੀ ਕੋਈ ਨੀ ਜੀ। ਬਾਹਰ ਤੁਸੀਂ ਆਪ ਵੇਂਦੇ ਪਿਓ, ਕੋਈ 60 ਲੱਖ ਦਾ ਵਿਕਿਆ, ਕੋਈ 50 ਲੱਖ ਦਾ, ਕੋਈ 55 ਲੱਖ ਦਾ। ਹੁਣ ਮਾਦੀਆਂ ਇਤਨੀਆਂ ਰੇਟ ਤੇ ਹੋ ਗਈਆਂ, ਸੋਚ ਤੂੰ ਕੰਮ ਬਾਹਰ ਹੋਇਆ। ਚੰਗਾ ਘੋੜੀ ਘੋੜਾ ਉਹ ਅੱਜ ਵੀ 20 ਲੱਖ ਤੋਂ ਸ਼ੁਰੂ ਹੁੰਦਾ। ਹਾਂਜੀ ਹਾਂਜੀ, ਇਹ ਸਾਡੇ ਰੇਟ ਤਾਂ ਮੁਨਾਸਿਬ ਹੈ ਜੀ, ਤਾਂ ਕਿਉਂਕਿ ਅਸਾਂ ਸੇਲ ਪਰਚੇਸ ਕਰਨੇ ਹੁੰਦੇ ਨੇ ਜੀ ਜੀ। ਦੋਸਤੋ ਫਿਰ ਅਲਮਦਾਰ ਸ਼ਾਹ ਸਾਹਿਬ ਦਾ ਨੁਕਰਾ ਵਛੇਰਾ ਹੈ ਜੀ, ਵਛੇਰੇ ਦੀਆਂ ਅੱਖਾਂ ਨੂੰ ਨਜ਼ਰ ਮਾਰੋ, ਐਮੂੰਹ ਹੈ ਜੀ ਸਰ ਵਛੇਰੇ ਦਾ ਕਾਨ ਕਨੌਤੀ ਬੂਥੀ ਸੀਨਾ ਵਛੇਰੇ ਦਾ ਸੌਂਬ ਗਮਚੀ ਜੋੜ ਮੁੱਠੇ ਪੁੱਠਾ ਵਛੇਰੇ ਦਾ ਇਹਨੂੰ ਨਿੱਕੇ ਨੂੰ ਦਿਓ ਨਾ ਜੀ ਦੁੜਕਾਵੇ ਇਹਨੂੰ। ਲੈ 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 ਜਾਇਆ ਕਰੀਏ ਕੰਧਾਂ ਹੀ ਲੈ ਜਾ। ਮੋੜ ਲਾ ਲਾਇਆ ਸਭ ਟਾਈਮ
ਮਛੇਰੇ ਦੀ ਦੁੜਕ ਚੈੱਕ ਹੋ ਗਈ, ਇਹਦੀ ਡਿਟੇਲ ਲੈਣੀ ਹੈ ਜੀ। ਸਰ ਉਮਰ ਸਰ ਇਹ ਹੁਣ 14 ਮਹੀਨਿਆਂ ਦਾ ਹੁਣ ਹੋ ਗਿਆ ਮਾਸ਼ਾ, ਇਹ ਸਰਲਾ ਬੱਚਾ ਜੀ, ਇਹ 14ਵੇਂ ਮਹੀਨੇ ਚ ਹੁਣ ਵੜਿਆ ਜੀ ਮਾਸ਼ਾਅੱਲਾ। ਇਹ ਵੇਖੋ ਜੀ ਨਜ਼ਰ ਆਇਆ ਜੀ, ਰੰਗ ਹੈ, ਰੰਗ ਨੁਕਰਾ ਜੀ, ਹੋਰ ਕਿਹੜਾ ਰੰਗ ਹੈ ਜੀ, ਅੱਖਾਂ ਕਾਲੀਆਂ। ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਕੁਝ ਦਿੰਦੇ ਆ ਲੱਤਾਂ ਤਬਦੀਲੀ ਕੀਤੀ ਗੱਲ। ਹਾਂਜੀ ਹਾਂਜੀ, ਘੋੜੇ ਨੂੰ ਸਾਫ ਸੁਥਰਾ ਵੀ ਨਹੀਂ ਅਬੂ ਜਹਿਲ ਜੀ, ਇਹ ਘੋੜਾ ਤਾਂ ਮਾਸ਼ਾਅੱਲਾ ਜਿਹੜਾ ਨਾ ਜੀ, ਅੱਲਾ ਦੇ ਕੁਰਾਨ ਨੇ ਜ਼ਿਕਰ ਘੋੜਾ ਦਾ ਕੀਤਾ ਜੀ, ਪਿਓਰ ਦੇਸੀ ਜੀ। ਕਿਹੜੇ ਮਾਂ ਪਿਓ ਦਾ? ਇਹ ਸਰ ਆਬਿਦ ਸ਼ਾਹ ਵਾਲੇ ਨੁਕਰੇ ਦਾ ਬੱਚਾ ਜੀ। ਹਾਂਜੀ ਹਾਂਜੀ, ਸ਼ਾਹ ਸਾਹਿਬ ਖੇਡਾ ਕਾਦ ਕਰ ਗਿਆ ਇਹ ਜੀ, ਹੁਣ ਵੇਖ ਲਓ ਤੁਸੀਂ ਇੰਚੀ ਟੇਪ ਲਾ ਲਓ, ਇਸ ਲਈ ਬੰਦੇ ਲਈ ਵੱਡਾ ਘੋੜਾ ਬਣ ਸੀ, ਨੱਲੀ ਜੀ ਬਹੁਤ ਵੱਡੀ ਹੈ, 62-63 ਇੰਚ ਘੋੜਾ ਬਣ ਸੀ ਜੀ। ਅੱਛਾ ਜੀ, ਆ ਵੱਡਾ ਘੋੜਾ। ਹਾਂਜੀ ਹਾਂਜੀ, ਕੰਨੀ ਗਰਦਨ ਲੰਮੀ ਹੈ, ਲੇਕਿਨ ਤਿਆਰ ਨਹੀਂ ਜਿਸ ਤਰ੍ਹਾਂ ਘੋੜੇ ਹੁੰਦੇ ਨਾ ਮੋਟੇ ਜੀ। ਅੱਛਾ ਜੀ, ਆ ਬਾਡੀ ਬਾਈ ਇਹਦੀ ਕੀ ਡਿਮਾਂਡ ਕਰਦੇ? ਡਿਮਾਂਡ ਇਹਦੀ 9 ਲੱਖ ਰੁਪਈਆ ਜੀ। 9 ਲੱਖ। ਹਾਂਜੀ ਹਾਂਜੀ, ਜ਼ਹਿਰੀ ਗੱਲ ਹੈ ਜੀ, ਹੁਣ ਰਿਆਇਤ ਤਾਂ ਮੰਗੇ ਤੇ ਦਿੰਦਾ ਕੋਈ ਨੀ ਜੀ, ਤੇ ਦੂਸਰੀ ਗੱਲ ਅਸਾਂ ਤਾਂ ਮੁਨਾਸਿਬ ਕੀਤਾ ਨੁਕਰਾਂ ਦੇ, ਅਗਲੇ 20-20 ਲੱਖ ਮੰਗਦੇ ਨੇ ਜੀ, ਅਸਾਂ ਤਾਂ ਜਾਇਜ਼ ਮੁੱਲ ਕੀਤਾ ਦੇਵਣ ਵਾਲਾ ਜੀ।